ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਪ੍ਰੋਗਰਾਮ ਖਬਰ 'ਤੇ ਨਜ਼ਰ ਜਿਸ ਦੇ ਵਿੱਚ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ ਜਿਹੜੀਆਂ ਪੰਜਾਬ ਦੀਆਂ ਭਾਰਤ ਦੀਆਂ ਕੁਛ ਅਹਿਮ ਖਬਰਾਂ ਜੋ ਇਸ ਦਿਨ 'ਚ ਨਿਬੜੀਆਂ ਹੁੰਦੀਆਂ ਆ। ਸੋ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨੰਬਰ 408-272-2500, 408-272-2500। ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਜੀ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਰਿਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਜੀ ਲਾਈਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ 408-722-7698 ਦੇ ਉੱਤੇ। ਅਤੇ ਆਪਾਂ ਗੱਲਬਾਤ ਦਾ ਮਿੰਟੂ ਜੀ ਸ਼ੁਰੂਆਤ ਕਰਦੇ ਹਾਂ। ਸਾਬਕਾ ਸਰਪੰਚ ਦੇ ਤੇ ਭਾਜਪਾ ਦੇ ਸਮਰਥਕ ਨੇ ਅਦਾਲਤ ਦੇ ਵਿੱਚ ਜ਼ਹਿਰ ਖਾਧਾ, ਮੌਤ ਹੋਈ। ਬੜੀ ਦੁਖਦਾਈ ਖਬਰ ਹੈ ਜੀ ਕਿ ਅਦਾਲਤ ਦੇ ਵਿੱਚ ਇਸ ਸਰਪੰਚ ਨੂੰ ਜ਼ਹਿਰ ਖਾਣਾ ਪਿਆ। ਦਾ ਨਾਂ ਕਰਮ ਸਿੰਘ ਹੈ ਜੀ, ਅਭੇਪੁਰ ਪਿੰਡ ਹੈ ਨਾਲ ਹੀ ਖਰੜ ਦੇ, ਉੱਥੋਂ ਦਾ ਇਹ ਰਹਿਣ ਵਾਲਾ ਸੀਗਾ ਤੇ ਇਹਨੇ ਕੱਲ ਕੋਰਟ ਕੰਪਲੈਕਸ ਦੇ ਵਿੱਚ ਆ ਕੇ ਜੱਜ ਦੇ ਸਾਹਮਣੇ ਆ ਕੇ ਸਲਫਾਸ ਖਾ ਲਈ। ਉਸ ਤੋਂ ਬਾਅਦ ਭਗਦੜ ਦੇ ਵਿੱਚ ਇਹਨੂੰ ਲਿਜਾਇਆ ਗਿਆ ਹਸਪਤਾਲ, ਜਿੱਥੇ ਇਹਦੀ ਮੌਤ ਹੋ ਗਈ ਇਸ ਕਿਸਾਨ ਦੀ, ਇਸ ਸਾਬਕਾ ਸਰਪੰਚ ਦੀ। ਔਰ ਇਹ ਭਾਜਪਾ ਦਾ ਸਮਰਥਕ ਵੀ ਦੱਸਿਆ ਜਾਂਦਾ, ਭਾਜਪਾ ਪਾਰਟੀ ਨਾਲ ਵੀ ਇਹਦੇ ਤਾਲੁਕਾਤ ਸੀਗੇ। ਇਸ ਘਟਨਾ ਨੂੰ ਜੇ ਅਸੀਂ ਥੋੜਾ ਫਰੋਲੀਏ ਦੇ ਕਾਰਨ ਲੱਭੀਏ ਤੇ ਕਾਰਨ ਫਿਰ ਉੱਥੇ ਲੈਣ ਦੇਣ ਦਾ ਹੀ ਆਉਂਦਾ। ਇਸ ਕਿਸਾਨ ਨੇ ਇਸ ਸਰਪੰਚ ਨੇ ਜਿਹੜਾ ਉਹ ਇਲਜ਼ਾਮ ਲਾਇਆ ਇੱਕ ਬਹੁਤ ਵੱਡੇ ਪ੍ਰੋਪਰਟੀ ਡਿਵੈਲਪਰ ਤੇ, ਜਿਹੜੇ ਬਿਲਡਿੰਗ ਦੇ ਰੀਅਲ ਅਸਟੇਟ ਦੇ ਕਾਰੋਬਾਰ ਕਰਦੇ ਆ, ਉਹਦੇ ਤੇ ਕਿ ਮੈਂ ਠੇਕੇਦਾਰੀ ਵੀ ਕਰਦਾ, ਨਾਲ ਮੇਰੇ ਕੋਲ ਗ੍ਰੇਡਰ ਦੀ ਮਸ਼ੀਨ ਹੈ। ਉਹ ਮਸ਼ੀਨ ਉਸ ਡਿਵੈਲਪਰ ਨੇ, ਉਸ ਕਾਰੋਬਾਰੀ ਨੇ, ਉਸ ਵੱਡੇ ਠੇਕੇਦਾਰ ਨੇ ਠੇਕੇ ਤੇ ਅੱਗੇ ਲਈ ਸੀਗੀ। ਪਰ ਮਹੀਨੇ ਕਿਰਾਇਆ ਸੀ ਉਹਦਾ 1,60,000 ਰੁਪਇਆ। ਤਾਂ 2013 ਦੇ ਵਿੱਚ ਇਹਨੇ ਹਾਇਰ ਕੀਤੀ ਸੀਗੀ ਉਸ ਵੱਡੇ ਕਾਰੋਬਾਰੀ ਨੇ, ਤਾਂ ਉਹ ਅੱਜ ਤੱਕ 61,00,000 ਰੁਪਇਆ ਜਿਹੜਾ ਉਹਦਾ ਕਿਰਾਇਆ ਬਣਿਆ, ਰੈਂਟ ਬਣਿਆ, ਉਹਨੇ ਪੇ ਨਹੀਂ ਕੀਤਾ। ਮੈਂ ਬਹੁਤ ਦਰਖਾਸਤਾਂ ਕੀਤੀਆਂ, ਬੜੀਆਂ ਮਿੰਨਤਾਂ ਕੀਤੀਆਂ, ਪਰ ਚਾਰ ਚੁਫੇਰਿਓ ਜਦੋਂ ਰਾਹ ਬੰਦ ਹੋ ਗਿਆ ਤਾਂ ਮੈਂ ਇੱਕ ਕਦਮ ਚੁੱਕ ਰਿਹਾ। ਹੁਣ ਲੈਣ ਦੇਣ ਵਾਲੀਆਂ ਦੇ ਆ, ਜੇ ਖੁਦਕੁਸ਼ੀਆਂ ਦੀ ਗੱਲ ਕਰੀਏ ਤੇ ਪਿਛਲੇ ਮਹੀਨੇ ਤੋਂ ਲੈ ਕੇ ਇੱਕ ਪਹਿਲਾਂ ਬਰਨਾਲੇ ਦੇ ਵਿੱਚੋਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ, ਫਿਰ ਫਤਿਹਗੜ੍ਹ ਜ਼ਿਲ੍ਹਾ ਦੇ ਵਿੱਚ ਸਾਹਮਣੇ ਆਇਆ, ਹੁਣ ਇਹ ਖੁਦਕੁਸ਼ੀ ਦਾ ਮਾਮਲਾ ਜਿਹੜਾ ਸਾਹਮਣੇ ਆਇਆ। ਇਸ ਤੋਂ ਪਹਿਲਾਂ ਅਦਾਲਤ ਦੇ ਵਿੱਚ ਜਿਹੜੀ ਹੈ ਇਸ ਤਰ੍ਹਾਂ ਦੀ ਘਟਨਾ ਹੋਣੀ ਉਹ ਅੱਗੇ ਨਹੀਂ, ਆਪਾਂ ਬਹੁਤ ਘੱਟ ਸੁਣੀ ਹੈ। ਪਰ ਜੱਸੀ ਖੁਦਕੁਸ਼ੀ ਕਾਂਡ ਜਿਹੜਾ ਵਾਪਰਿਆ ਸੀ, ਕੇਬਲ ਆਪਰੇਟਰ ਅੰਮ੍ਰਿਤਸਰ ਦੇ ਵਿੱਚ ਉਹਨੇ ਖੁਦਕੁਸ਼ੀ ਕੀਤੀ ਸੀ, ਉਹ ਵੀ ਕੇਸ ਹੈ ਜਿਹੜਾ ਕੁਛ ਇਹੋ ਜਿਹਾ ਰਲਦਾ ਮਿਲਦਾ ਸੀਗਾ। ਮਸਲਾ ਜਿਹੜਾ ਲੈਣ ਦੇਣੀ ਦਾ, ਉਹ ਇਹਦੇ ਵਿੱਚ ਕੀ ਹੈ ਕਿ ਹੁੰਦਾ ਕੀ ਹੈ, ਪੰਜਾਬ ਦੇ ਅੰਦਰ ਜਿਹੜੇ ਵੱਡੇ ਮਗਰ ਮੱਛੀ ਛੋਟੀਆਂ ਛੋਟੀਆਂ ਮੱਛੀਆਂ ਨੂੰ ਖਾ ਜਾਂਦੇ ਆ, ਦਾਅ ਮਾਰੀ ਕਰਦੇ, ਜਿੱਥੇ ਕਿਸੇ ਦਾ ਦਾਅ ਲੱਗ ਜਾਂਦਾ ਉਹ ਆਪਣਾ ਦਾਅ ਲਾ ਕੇ ਪਾਸੇ ਹੋ ਜਾਂਦੇ। ਉਸ ਤੋਂ ਬਾਅਦ ਜਿਹੜਾ ਪੀੜਤ ਹੁੰਦਾ ਉਹ ਪੁਲਿਸ ਕੋਲ ਜਾਂਦਾ, ਤਾਂ ਜਿਹੜਾ ਉਹਦੇ ਬਚਿਆ ਖੁਚਿਆ ਮਾਸ ਹੁੰਦਾ ਉਹ ਵੀ ਚਰੂਣ ਲਿਆ ਜਾਂਦਾ, ਉਹ ਵੀ ਲਾਹ ਲਿਆ ਜਾਂਦਾ, ਉਹਦੇ ਤਨ ਦੇ ਨਾਲੋਂ ਉਹ ਵੀ ਨੋਚ ਲਿਆ ਜਾਂਦਾ। ਜੁਡੀਸ਼ਰੀ ਕੋਲ ਜਾਂਦਾ ਤੇ ਉੱਥੇ ਇਹੋ ਜਿਹੇ ਲੈਣ ਦੇਣ ਵਾਲੇ ਮਾਮਲਿਆਂ ਨੂੰ ਸਮਝਿਆ ਹੀ ਛੋਟਾ ਜਾਂਦਾ, ਉਹਨਾਂ ਨੂੰ ਵਿਚਾਰਨ ਤੇ ਲੰਮਾ ਸਮਾਂ ਲੱਗ ਜਾਂਦਾ, ਜਿੱਥੋਂ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਈਏ ਖੁਦਕੁਸ਼ੀ ਦਾ ਰਾਹ ਖੁੱਲ ਜਾਂਦਾ। ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਵੇਖੋ, ਤ੍ਰਾਸਦੀ ਇਸ ਮੁਲਕ ਦੀ ਹੋਣੀ, ਇਸ ਮੁਲਕ ਦੀ, ਕਿ ਲੋਕਾਂ ਨੂੰ ਖੁਦਕੁਸ਼ੀ ਤੇ ਵੀ ਯਕੀਨ ਨਹੀਂ ਰਿਹਾ ਕਿ ਅਸੀਂ ਜੇ ਖੁਦਕੁਸ਼ੀ ਕਿਤੇ ਆਸੇ ਪਾਸੇ ਕਰ ਲਈਏ, ਸਾਡੇ ਜਿਹੜੇ ਖੁਦਕੁਸ਼ੀ ਨੋਟ ਆ ਜਾਂ ਜਿਹੜੀਆਂ ਸਾਡੀ ਖੁਦਕੁਸ਼ੀ ਦੀਆਂ ਜਿਹੜੀਆਂ ਹੈ ਕਾਰਨ, ਜਿਹੜੀਆਂ ਖੁਦਕੁਸ਼ੀ ਦੀਆਂ ਜਿਹੜੀਆਂ ਮੁਸ਼ਕਲਾਂ ਬਣੀਆਂ ਨੇ, ਉਹਨਾਂ ਸਾਰੀਆਂ ਤੇ ਯਕੀਨ ਹੀ ਨਹੀਂ ਕਰਨਾ। ਇਸੇ ਕਰਕੇ ਲੋਕ ਹੁਣ ਕੋਈ SDM ਦੇ ਕੰਪਲੈਕਸ ਦੇ ਵਿੱਚ ਜਾ ਕੇ ਖੁਦਕੁਸ਼ੀ ਕਰਦਾ,
ਕੋਈ ਜੱਜਾਂ ਦੇ ਮੂਹਰੇ ਕਰਦਾ, ਕੋਈ ਅਦਾਲਤ 'ਚ ਜਾ ਕੇ ਖੁਦਕੁਸ਼ੀ ਕਰਦਾ, ਇੱਥੇ ਖੁਦਕੁਸ਼ੀ ਮਨਵਾਉਣ ਲਈ ਵੀ ਹੁਣ ਖੁਦਕੁਸ਼ੀ ਦੇ ਜਿਹੜੇ ਢੰਗ ਬਣਨੇ ਪਏ ਆ। ਜੀ 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 ਬਿਲਕੁਲ, ਇੱਥੋਂ ਇਹ ਪਤਾ ਲੱਗ ਹੀ ਜਾਂਦਾ ਵੀ ਕਿੱਦਾਂ ਕਿੱਦਾਂ ਦਾ ਉੱਥੇ ਕੰਮ ਚੱਲ ਰਿਹਾ ਆ। ਅਤੇ ਥੋੜ੍ਹੇ ਦਿਨ ਪਹਿਲਾਂ ਜਿਹੜੇ ਕਲਾਕਾਰ ਇੱਕ ਬਲਕਾਰ ਸਿੱਧੂ, ਉਹਨਾਂ ਨੇ ਕਾਂਗਰਸ ਦਾ ਪੱਲਾ ਹੱਥ ਫੜਿਆ ਸੀਗਾ, ਅਤੇ ਅੱਜ ਇੱਕ ਹੋਰ ਕਲਾਕਾਰ ਜਿਹੜੇ ਆ ਪਿਛਲੇ ਦਿਨ ਜਿਹੜੇ ਆ ਗੁਰਪ੍ਰੀਤ ਘੁੱਗੀ ਜਿਹੜੇ ਕਿ ਹਾਸਰਸ ਕਲਾਕਾਰ ਆ, ਉਹਨਾਂ ਨੇ ਆਪ ਦਾ ਝਾੜੂ ਫੜ ਲਿਆ। ਦੇਖੋ ਜੀ, ਕਲਾਕਾਰਾਂ ਦਾ ਜਿਹੜਾ ਸਿਆਸਤ ਦੇ ਵਿੱਚ ਆਉਣਾ ਬਹੁਤ ਪੁਰਾਣਾ ਹੈ। ਬੜੇ ਕਲਾਕਾਰਾਂ ਨੇ ਸਿਆਸਤ ਦੀ ਤੂੰਬੀ ਵਜਾਈ ਹੈ। ਮਾਣਕ ਤੋਂ ਇਹ ਸਿਲਸਿਲਾ ਸ਼ੁਰੂ ਹੋਇਆ ਸੀ, ਹੰਸਰਾਜ ਹੰਸ, ਹਰਭਜਨ ਮਾਨ, ਮੁਹੰਮਦ ਸਦੀਕ, ਭਗਵੰਤ ਮਾਨ ਹੋਰਾਂ ਤੱਕ ਆਇਆ। ਹੋਰ ਇਹ ਦੋ ਅਸੀਂ ਇਹ ਜਿਹੜਾ ਹੁਣ ਤੱਕ ਦਾ ਜਿਹੜਾ ਵਰਤਾਰਾ ਕਲਾਕਾਰਾਂ ਦਾ ਸਿਆਸਤ ਦੇ ਵਿੱਚ ਆਉਣਾ, ਇਹਨੂੰ ਅਸੀਂ ਦੋ ਤਰੀਕਿਆਂ ਨਾਲ ਦੇਖ ਸਕਦੇ ਹਾਂ, ਦੋ ਨਜ਼ਰੀਏ ਹੈ। ਇੱਕ ਹੈ ਕਾਮਯਾਬੀ ਦਾ ਤੇ ਇੱਕ ਉਹ ਹੈ ਜਿਹੜੇ ਇੱਥੋਂ ਹੱਥ ਖੜੇ ਕਰਕੇ ਨਿਕਲ ਗਏ ਕਿ ਇਹਦੇ ਅੰਦਰ ਕੁਛ ਨਹੀਂ ਪਿਆ, ਕੱਖ ਨਹੀਂ ਪਿਆ। ਜਿਵੇਂ ਕੁਲਦੀਪ ਮਾਣਕ, ਹੰਸਰਾਜ, ਹਰਭਜਨ ਮਾਨ, ਇਹ ਸਾਰੇ ਇਹੀ ਕਹਿ ਕੇ ਗਏ ਕਿ ਸਿਆਸਤ ਦੇ ਅੰਦਰ ਕੱਖ ਨਹੀਂ। ਪਰ ਕੁਛ ਕਾਮਯਾਬ ਵੀ ਹੋਏ, ਜਿੱਦਾਂ ਭਗਵੰਤ ਮਾਨ ਆ ਜਾਂ ਮੁਹੰਮਦ ਸਦੀਕ ਹੈ, ਜਿਹਨਾਂ ਨੂੰ ਫਲ ਵੀ ਲੱਗਾ, ਫੁੱਲ ਵੀ ਲੱਗਾ ਆਪਣੀ ਮਿਹਨਤ ਦਾ, ਉਹ ਸਿਆਸਤ ਦੇ ਵਿੱਚ ਆਪਣੀ ਪੈਂਠ ਬਣਾਉਣ 'ਚ ਕਾਮਯਾਬ ਰਹੇ ਆ। ਪਰ ਹੁਣ ਗੁਰਪ੍ਰੀਤ ਘੁੱਗੀ ਦਾ ਜਿਹੜਾ ਆਉਣਾ ਹੈ, ਉਹ ਵੈਸੇ ਬਹੁਤ ਰੋਚਕ ਸਿਰਲੇਖ ਆ ਅੱਜ ਅਖਬਾਰਾਂ ਦੇ। ਕੋਈ ਕਹਿੰਦਾ ਕਿ ਘੁੱਗੀ ਢਾਣੀ ਟਾਹਣੀ 'ਚ ਬੈਠ ਗਈ, ਕੋਈ ਕਹਿੰਦਾ ਫਲਾਣੇ ਦੀ ਛਤਰੀ 'ਤੇ। ਬੜੇ ਦਿਲਚਸਪ ਜੇ ਜਿਹੜੇ ਆ ਉਹ ਸਿਰਲੇਖ ਦਿੱਤੇ ਗਏ ਇਸ ਖਬਰ ਨੂੰ। ਪਰ ਹੁਣ ਗੁਰਪ੍ਰੀਤ ਘੁੱਗੀ ਕਿਹੜੀ ਕੈਟਾਗਰੀ 'ਚ ਜਾਏਗਾ, ਕਿਹੜੀ ਸ਼੍ਰੇਣੀ 'ਚ ਜਾਏਗਾ? ਮਾਣਕ ਹੋਰਾਂ ਵਾਲੀ ਸ਼੍ਰੇਣੀ 'ਚ ਜਾਏਗਾ ਜਾਂ ਭਗਵੰਤ ਮਾਨ ਹੋਰਾਂ ਵਾਲੀ ਸ਼੍ਰੇਣੀ 'ਚ ਜਾਏਗਾ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਇੱਕ ਗੱਲ ਤੈਅ ਆ ਕਿ ਜਿਹੜੀ ਭਗਵੰਤ ਮਾਨ ਤੇ ਮੁਹੰਮਦ ਸਦੀਕ ਹੋਰਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਸਿਆਸਤ 'ਚ, ਮੈਨੂੰ ਲੱਗਦਾ ਕਿ ਇਹ ਉਹਦਾ ਹੀ ਨਤੀਜਾ ਹੈ ਕਿ ਕਲਾਕਾਰਾਂ ਦੇ ਵਿੱਚ ਹਾਲੇ ਵੀ ਉਲਾਰ ਹੈ ਸਿਆਸਤ ਪ੍ਰਤੀ। ਨਹੀਂ ਤਾਂ ਜਿਸ ਤਰ੍ਹਾਂ ਜਿਵੇਂ ਬੇਆਬਰੂ ਹੋ ਕੇ ਹਰਭਜਨ ਮਾਨ, ਹੰਸਰਾਜ ਇਹ ਸਾਰੇ ਗਏ ਸੀ, ਕਿਸੇ ਨੇ ਇਸ ਜੂਹ 'ਚ ਪੈਰ ਨਹੀਂ ਸੀ ਧਰਨਾ। ਪਰ ਭਗਵੰਤ ਮਾਨ ਨੇ ਆ ਕੇ ਸਮੀਕਰਨ ਬਦਲ ਦਿੱਤੇ, ਮੁਹੰਮਦ ਸਦੀਕ ਨੇ ਆ ਕੇ ਇਹ ਸਭ ਕੁਛ ਜਿਹੜਾ ਬਦਲ ਦਿੱਤਾ। ਪਰ ਹੁਣ ਜਿਵੇਂ ਕਹਿ ਲਈਏ ਗੁਰਪ੍ਰੀਤ ਘੁੱਗੀ ਹੈ, ਹਾਲੇ ਵੈਸੇ ਇਹਨਾਂ ਦੀ ਕੱਚੀ ਪਹਿਲੀ ਹੈ, ਫਿਰ ਪੱਕੀ ਪਹਿਲੀ 'ਚ ਜਾਣਗੇ, ਅੱਗੇ ਅੱਗੇ ਕਲਾਸਾਂ ਪਾਸ ਕਰਦੇ ਕਰਦੇ ਜਿਹੜੇ ਉਸ ਦੌੜ 'ਚ ਜਾਣਗੇ ਜਿੱਥੇ ਇਹਨਾਂ ਨੂੰ ਪਰਪੱਕ ਨੇਤਾ ਦਾ ਜਿਹੜਾ ਉਹ ਖਿਤਾਬ ਮਿਲੇਗਾ। ਹਾਲੇ ਇਹਨਾਂ ਦੀ ਮੰਜ਼ਿਲ ਦੂਰ ਹੈ, ਪਰ ਗੁਰਪ੍ਰੀਤ ਘੁੱਗੀ ਦੇ ਆਉਣ ਨਾਲ ਮੈਨੂੰ ਲੱਗਦਾ ਕਿ ਹੋਰ ਵੀ ਕਲਾਕਾਰ ਜਿਵੇਂ ਬਲਕਾਰ ਸਿੱਧੂ ਦਾ ਹੋ ਗਿਆ, ਕਿਉਂਕਿ ਪਾਰਟੀਆਂ ਜਿਹੜੀਆਂ ਬਰਾਬਰ ਪੱਤੇ ਰੱਖਦੀਆਂ, ਕਿਉਂਕਿ ਹੁਣ ਰੁੱਤ ਹੈ ਜਿਹੜੀ ਉਹ ਦਸਤਾਰਾਂ ਬਦਲਦੀ ਹੈ, ਪਾਰਟੀਆਂ ਬਦਲਦੀ ਹੈ, ਤਾਂ ਸਾਰੀਆਂ ਨੇ ਬਰਾਬਰ ਪੱਤੇ ਰੱਖੇ ਹੋਏ, ਸਾਰੀਆਂ ਸੈਟਿੰਗਾਂ ਕੀਤੀਆਂ ਹੋਈਆਂ। ਜਿਸ ਹਿਸਾਬ ਨਾਲ ਅਗਲਾ ਚਾਲ ਚੱਲਦਾ, ਅਗਲਾ ਪੱਤਾ ਖੋਲਦਾ, ਉਹਦੇ ਬਰਾਬਰ ਹੀ ਖੋਲ ਦਿੰਦੇ ਆ, ਜੇ ਬਲਕਾਰ ਸਿੱਧੂ ਨੂੰ ਉਹ ਲੈ ਕੇ ਗਏ ਤੇ ਘੁੱਗੀ ਨੂੰ ਇਹ ਲੈ ਆਏ। ਸੋ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਕਿ ਕਲਾਕਾਰਾਂ ਦੀ ਜਿਹੜੀ ਹੈ ਆਮਦ ਹੋਰ ਹੋਏਗੀ। ਸੁਖਬੀਰ ਸਿੰਘ ਬਾਦਲ ਵੀ ਚੁੱਪ ਨਹੀਂ ਬਹਿੰਦੇ, ਉਹਨਾਂ ਦਾ ਕੋਈ ਪਤਾ ਨਹੀਂ, ਫਿਲਮੀ ਐਕਟਰੀ ਪੱਟ ਲਿਆਉਣ। ਇਸ ਕਰਕੇ ਇਹ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਜਿਹੜੇ ਕਲਾਕਾਰ ਕੁਝ ਹੋਰ ਆਉਣ, ਪਰ ਇਹ ਤਜਰਬਾ ਕਲਾਕਾਰਾਂ ਦਾ ਕਿਸ ਤਰ੍ਹਾਂ ਦਾ ਰਹੇਗਾ, ਇਹਦੇ ਲਈ ਹੁਣ ਸਾਨੂੰ ਇੰਤਜ਼ਾਰ ਕਰਨਾ ਪਵੇਗਾ ਥੋੜ੍ਹਾ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਜਿਹੜੇ ਕਰਦੇ ਹਾਂ, ਅਕਾਲੀ ਆਗੂ ਬ੍ਰਹਮਪੁਰਾ ਖਿਲਾਫ਼ CBI ਜਾਂਚ ਦੇ ਹੁਕਮ। ਕਾਫੀ ਵੱਡਾ ਝਟਕਾ ਹੈ ਜੀ ਬ੍ਰਹਮਪੁਰਾ ਹੋਰਾਂ ਲਈ, ਕਿਉਂਕਿ ਚੋਣ ਲੜ ਰਹੇ ਨੇ ਉਹ ਖਡੂਰ ਸਾਹਿਬ ਦੇ ਵਿੱਚ, ਔਰ ਉਸ ਚੋਣ ਦੇ ਦੌਰਾਨ ਹੀ ਇਹ ਜਿਹੜਾ ਮਾਮਲਾ ਹੈ ਉਹਨਾਂ ਦੇ ਉਲਟਾ ਪੈ ਗਿਆ। ਹਾਈ ਕੋਰਟ ਨੇ ਜਿਹੜੀ ਇੱਕ ਤਿੰਨ ਬੱਚਿਆਂ ਦੀ, ਤਿੰਨ ਜਵਾਕਾਂ ਦੀ ਮੌਤ ਦਾ ਜਿਹੜਾ ਕੇਸ ਸੀਗਾ ਉਹ CBI ਨੂੰ ਹੈਂਡ ਓਵਰ ਕਰ ਦਿੱਤਾ। ਇਹ ਘਟਨਾ ਜਿਹੜੀ ਹੈ, ਵੈਸੇ ਇਹ ਮੈਨੂੰ ਲੱਗਦਾ ਕਿ 2009 ਦੇ ਨਵੰਬਰ ਮਹੀਨੇ ਦੀ ਹੈ, 9 ਤਰੀਕ ਦੀ ਘਟਨਾ ਸੀਗੀ, ਔਰ ਇਹ ਘਟਨਾ ਹੈ ਢੋਟੀਆਂ ਪਿੰਡ ਤਰਨ ਤਾਰਨ, ਉੱਥੋਂ ਦੀ ਇਹ ਘਟਨਾ ਸੀ ਜਿੱਥੇ ਇੱਕ ਗੁਰਮੀਤ ਕੌਰ ਨਾਂ ਦੀ ਜਿਹੜੀ ਵਿਧਵਾ ਸੀਗੀ ਉਹਦਾ ਜ਼ਮੀਨ ਦਾ ਝਗੜਾ ਸੀਗਾ। ਉਸੇ ਪਿੰਡ ਦਾ ਹੀ ਜਿਹੜਾ ਇੱਕ ਪੰਚਾਇਤ ਦਾ ਸਰਪੰਚ ਸੀ ਰਣਜੀਤ ਸਿੰਘ ਰਾਣਾ, ਉਹਦੇ ਨਾਲ ਉਹਦਾ ਜ਼ਮੀਨੀ ਝਗੜਾ ਸੀ ਤੇ ਉਹਨੇ ਆ ਕੇ ਇਹਨਾਂ ਦੇ ਪਰਿਵਾਰ ਤੇ ਗੋਲੀਬਾਰੀ ਵੀ ਕੀਤੀ। ਇਹ ਬਹੁਤ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਦੇ ਤੇ ਮੁਕੱਦਮਾ ਦਰਜ ਹੋ ਜਾਵੇ, ਪਰ ਪੁਲਿਸ ਨੇ ਉਹਦੇ ਤੇ ਜਿਹੜੀ ਇਰਾਦਾ ਕਤਲ ਦੀ ਧਾਰਾ ਲੱਗਣੀ ਸੀ ਉਦੋਂ ਉਹ ਨਹੀਂ ਲਾਈ, ਕਿ ਇਹਨਾਂ ਨੇ ਧਰਨੇ ਧੁਰਨੇ ਦਿੱਤੇ। ਹਵਾਈ ਫਾਇਰਿੰਗ ਦੀ ਜਿਹੜੀ ਇੱਕ ਛੋਟੀ ਜਿਹੀ ਸ਼ਿਕਾਇਤ ਤੇ ਕੇਸ ਤਾਂ ਦਰਜ ਹੋ ਗਿਆ ਹਵਾਈ ਫਾਇਰਿੰਗ ਦਾ, ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਜਿਹੜਾ ਇਹ ਬ੍ਰਹਮਪੁਰਾ ਸੀਗਾ, ਰਵਿੰਦਰ ਸਿੰਘ ਬ੍ਰਹਮਪੁਰਾ, ਇਹਦੇ ਤੇ ਦੋਸ਼ ਇਹ ਲੱਗੇ ਕਿ ਇਹਨੇ ਰਾਜੀਨਾਮੇ ਦੇ ਬਹਾਨੇ
ਉਹ ਗੁਰਮੀਤ ਕੌਰ ਦੇ ਜਿਹੜੇ ਸਾਰੇ ਕਾਗਜ਼ਾਤ ਸੀਗੇ ਜਿਹੜੇ ਕੇਸ ਨਾਲ ਜੁੜੇ ਜਾਂ ਜ਼ਮੀਨ ਕਾਗਜ਼ਾਤ ਸੀਗੇ ਸਾਰੇ ਰਾਜ਼ੀਨਾਮੇ ਦੇ ਬਹਾਨੇ ਲੈ ਆਇਆ ਤੇ ਲਿਆ ਕੇ ਮੁੱਕਰ ਗਿਆ। ਉਸ ਤੋਂ ਬਾਅਦ ਜਿਹੜੇ ਕੀ ਕਹਾਣੀ ਵਾਪਰੀ ਕਿ ਦੋ ਮੁੰਡੇ ਸੀਗੇ ਗੁਰਮੀਤ ਕੌਰ ਦੇ, ਉਹਨਾਂ ਨੂੰ ਇੱਕ ਬੰਦੇ ਨੇ ਪਹਿਲਾਂ ਫੋਨ ਕਰਕੇ ਬੁਲਾ ਲਿਆ, ਸੱਦ ਲਿਆ ਤੇ ਜਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਸੜਕ ਹਾਦਸਾ ਬਣਾ ਦਿੱਤਾ ਗਿਆ। ਜਦਕਿ ਉਹਨਾਂ ਦਾ ਉੱਥੇ ਮੋਟਰਸਾਈਕਲ ਵੀ ਟੁੱਟਾ ਨਹੀਂ ਸੀਗਾ, ਬਿਲਕੁਲ ਮੋਟਰਸਾਈਕਲ ਨੂੰ ਖਰੋਚ ਨਹੀਂ ਆਈ। ਜਦਕਿ ਮੁੰਡੇ ਦੋਵੇਂ ਜਿਹੜਾ ਇੱਕ 9ਵੀਂ ਚ ਪੜ੍ਹਦਾ ਸੀ ਇੱਕ ਸ਼ਾਇਦ 10ਵੀਂ ਚ ਪੜ੍ਹਦਾ ਸੀ, ਉਹ ਮਾਰ ਦਿੱਤੇ ਗਏ। ਉਸ ਤੋਂ ਬਾਅਦ ਇਹ ਕੇਸ ਹੈ ਜਿਹੜਾ ਵੱਖ ਵੱਖ ਪੜਾਵਾਂ ਚੋਂ ਗੁਜ਼ਰਦਾ ਗਿਆ, ਕਿਉਂਕਿ ਤੁਹਾਨੂੰ ਪਤਾ ਮਾਮਲਾ ਜਿਹੜਾ ਉਹ ਸਿਆਸਤ ਦੇ ਨਾਲ ਜੁੜਿਆ ਸੀ, ਇੱਥੇ ਪੈਰ ਹੀ ਨਹੀਂ ਲੱਗਣ ਦਿੱਤੇ ਕਿਸੇ ਨੇ ਉਸ ਵਿਧਵਾ ਦੇ ਵਿਚਾਰੀ ਦੇ। ਫਿਰ ਉਹ ਹਾਈ ਕੋਰਟ ਦੇ ਵਿੱਚ ਗਈ ਜਿੱਥੇ RS ਬੈਂਸ ਹੈ ਜਿਹੜੇ ਮਨੁੱਖੀ ਅਧਿਕਾਰਾਂ ਲਈ ਲੜਦੇ ਆ ਵਕੀਲ, ਉਹਨਾਂ ਨੇ ਇਹ ਕੇਸ ਲੜਿਆ। ਉਸ ਤੋਂ ਬਾਅਦ ਇਹ ਆਰਡਰ ਹੋਇਆ। ਪਰ ਤੁਸੀਂ ਹੈਰਾਨ ਰਹਿ ਜਾਓਗੇ, ਜਿਸ ਰਣਜੀਤ ਸਿੰਘ ਰਾਣਾ ਤੇ ਦੋਸ਼ ਲੱਗਦੇ ਪਏ ਆ ਕਤਲਾਂ ਦੇ, ਸਰਪੰਚ ਰਣਜੀਤ ਸਿੰਘ ਰਾਣਾ ਤੇ, ਉਹਦੇ ਤੇ 8 ਮੁਕੱਦਮੇ ਦਰਜ ਆ ਤੇ ਕਿਸੇ ਦੇ ਵਿੱਚ ਹਾਲੇ ਤੱਕ ਪੁਲਿਸ ਨੇ ਚਲਾਨ ਨਹੀਂ ਪੇਸ਼ ਕੀਤਾ। 8 ਮੁਕੱਦਮੇ ਬੰਦੇ ਤੇ ਦਰਜ ਹੋਣ, ਉਹਦਾ ਚਲਾਨ ਵੀ ਪੇਸ਼ ਨਾ ਹੋਵੇ, ਕਮਾਲ ਦਾ ਤੰਤਰ ਹੈ। ਬਿਲਕੁਲ ਜੀ, ਤੇ ਜਿਹਦੇ ਖਿਲਾਫ ਅਜੇ ਕੁਛ ਹੋਇਆ ਨਹੀਂ ਹੁੰਦਾ ਉਹਨੂੰ ਪਹਿਲਾਂ ਹੀ ਚੱਕ ਲਿਆਉਂਦੇ ਨੇ। ਸੋ ਬਿਲਕੁਲ ਜੀ, ਜਿੱਧਰ ਨੂੰ ਦਾਲ ਗਲਾਉਣੀ ਹੁੰਦੀ ਉੱਧਰ ਨੂੰ ਹੀ ਉੱਦਾਂ ਹੀ ਜਿਹੜੀ ਕੜਛੀ ਘੁਮਾਉਂਦੇ ਨੇ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਨਵਜੋਤ ਕੌਰ ਸਿੱਧੂ ਹੋਣਾ ਨੇ ਆਖਿਆ ਵੀ ਨਾ ਤਾਂ ਪ੍ਰਚਾਰ ਕਰਾਂਗੇ ਨਾ ਹੀ ਚੋਣ ਲੜਾਂਗੇ। ਹਾਂਜੀ ਬੀਬੀ, ਸਿੱਧੂ ਨੇ ਸਿੱਧਾ ਹੀ ਜਵਾਬ ਦੇ ਦਿੱਤਾ, ਦੋ ਟੁੱਕ ਗੱਲ ਕਹਿ ਦਿੱਤੀ ਕਿ ਅਸੀਂ ਕੰਪੇਨ ਕਰਾਂਗੇ ਨਾ ਹੀ ਅਸੀਂ ਚੋਣ ਲੜਾਂਗੇ। ਮਸਲਾ ਹੈ ਉਹਨਾਂ ਦੇ ਆਪਣੀ ਜਿਹੜੀ ਟਸਲਬਾਜ਼ੀ ਅਕਾਲੀਆਂ ਦੇ ਨਾਲ ਚੱਲਦੀ ਉਹਦਾ। ਇਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ, ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਅਮਿਤ ਸ਼ਾਹ ਨਾਲ ਭਾਜਪਾ ਵਾਲਿਆਂ ਦੀ, ਇਹਨਾਂ ਨੇ ਉਸ ਮੀਟਿੰਗ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇ ਰਾਹ ਵੱਖ ਹੋਣਗੇ ਤੇ ਅਸੀਂ ਜਿਹੜਾ ਸਭ ਕੁਛ ਕਰਾਂਗੇ ਪਾਰਟੀ ਲਈ, ਜੇ ਇਹ ਇਕੱਠੇ ਜਾਣਗੇ ਅਕਾਲੀ ਤੇ ਭਾਜਪਾ ਫਿਰ ਸਾਡੇ ਰਾਹ ਵੱਖ ਹੋ ਜਾਣਗੇ। ਹੋਇਆ ਕੀ ਕਿ ਕੋਰ ਕਮੇਟੀ ਦੇ ਵਿੱਚ ਕਾਫੀ ਗੁੱਬ ਗੁਬਾਰ ਕੱਢਿਆ ਇਹਨਾਂ ਦੇ ਭਾਜਪਾ ਵਾਲੇ ਨੇਤਾਵਾਂ ਨੇ, ਪਰ ਅਮਿਤ ਸ਼ਾਹ ਨੇ ਜਿਹੜਾ ਫੈਸਲਾ ਲਿਆ ਸੁਖਬੀਰ ਸਿੰਘ ਬਾਦਲ ਨਾਲ ਮਿਲ ਕੇ, ਉਹ ਇਹੀ ਲਿਆ ਕਿ ਜੀ ਇਹ ਜਿਹੜਾ ਗੱਠਜੋੜ ਹੈ ਇਹ ਨਿਰੰਤਰ ਚੱਲਦਾ ਰਹੇਗਾ। ਸੁਖਬੀਰ ਸਿੰਘ ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ 15-20 ਇਲੈਕਸ਼ਨ ਹਾਲੇ ਜਿਹੜਾ ਰਿਸ਼ਤਾ ਸਾਡਾ ਟੁੱਟਣ ਵਾਲਾ ਨੇ। ਪਰ ਬੀਬੀ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੱਧੂ ਦਾ ਜਿੱਥੋਂ ਤੱਕ ਮਸਲਾ ਸੀਗਾ, ਨਵਜੋਤ ਸਿੱਧੂ ਨੂੰ ਹਾਲਾਂਕਿ ਚੋਗਾ ਪਾਇਆ ਗਿਆ, ਉਹਨੂੰ ਕੰਪੇਨ ਕਮੇਟੀ ਚ ਰੱਖਣ ਦਾ ਵਾਅਦਾ ਕੀਤਾ ਗਿਆ ਕਿ ਤੈਨੂੰ ਕੰਪੇਨ ਕਮੇਟੀ ਦਾ ਮੈਂਬਰ ਬਣਾਵਾਂਗੇ, ਪਰ ਬੀਬੀ ਸਿੱਧੂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਨਾ ਤੇ ਚੋਣ ਲੜਨੀ ਹੈ ਨਾ ਹੀ ਅਸੀਂ ਕੰਪੇਨ ਕਰਨਾ ਹੈ, ਕਿਉਂਕਿ ਸਾਡੀ ਜਿਹੜੀ ਇਹਨਾਂ ਨੇ ਕੋਈ ਵੀ ਗੱਲ ਨਹੀਂ ਸੁਣੀ ਅਕਾਲੀ ਦਲ ਦੇ ਗੱਠਜੋੜ ਦੇ ਵਿੱਚ। ਅਸੀਂ ਇਹਨਾਂ ਨੂੰ ਕਹਿੰਦੇ ਥੱਕ ਗਏ, ਪਰ ਇਹਨਾਂ ਨੇ ਸਾਡੀ ਹਾਲੇ ਤੱਕ ਕੋਈ ਵੀ ਕਾਰਵਾਈ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ। ਬੀਬੀ ਨਵਜੋਤ ਕੌਰ ਸਿੱਧੂ ਨੇ ਪਹਿਲਾਂ ਇਸ਼ਾਰਾ ਕਰ ਦਿੱਤਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਬਿਹਤਰ ਵਿਕਲਪ ਹੈ ਜੇਕਰ ਇਹ ਗੱਠਜੋੜ ਜਾਰੀ ਰਹਿੰਦਾ। ਸੋ ਹੁਣ ਕਿਆਸ ਅਰਾਈਆਂ ਇਹੀ ਫਿਰ ਲੱਗੀਆਂ ਕਿ ਬੀਬੀ ਨਵਜੋਤ ਕੌਰ ਸਿੱਧੂ ਨੇ ਜਿਹੜਾ ਇਹ ਕੰਪੇਨ ਕਮੇਟੀ ਵਾਲਾ ਚੋਗਾ ਉਹਨੂੰ ਜਿਹੜਾ ਨਕਾਰਿਆ ਔਰ ਜਿਹੜਾ ਸੰਕੇਤ ਦਿੱਤਾ ਕਿ ਅਸੀਂ ਵੱਖ ਜਾਵਾਂਗੇ, ਉਹਦਾ ਇਹੀ ਜਿਹੜਾ ਇੱਕ ਨਤੀਜਾ ਨਿਕਲਦਾ ਕਿ ਹੋ ਸਕਦਾ ਸਿੱਧੂ ਜੋੜਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਰਾਹ ਆ ਬੂਹਾ ਕੁੰਡਾ ਖੜਕਾ ਲਵੇ। ਪਰ ਕੁੱਲ ਮਿਲਾ ਕੇ ਜੇ ਦੇਖੀਏ ਬੀਬੀ ਨਵਜੋਤ ਕੌਰ ਸਿੱਧੂ ਜੋ ਦਾਅਵੇ ਕਰਦੀ ਹੈ ਉਹਦੇ ਤੋਂ ਪਿੱਛੇ ਹਟਣ ਦੀ ਉਹਦੀ ਸੰਭਾਵਨਾ ਘੱਟ ਹੀ ਹੈ, ਕਿਉਂਕਿ ਜਿਸ ਤਰ੍ਹਾਂ ਨਵਜੋਤ ਸਿੱਧੂ ਦੀ ਟਿਕਟ ਕਟਾਈ ਗਈ ਅਕਾਲੀਆਂ ਵੱਲੋਂ ਔਰ ਉਸ ਤੋਂ ਬਾਅਦ ਉਪਕਾਰ ਸਿੰਘ ਸੰਧੂ ਨੇ ਜੋ ਬੀਬੀ ਪ੍ਰਤੀ ਸ਼ਬਦ ਬੋਲੇ ਜਿਹੜੇ ਆਪਾਂ ਇੱਥੇ ਬਿਆਨ ਵੀ ਨਹੀਂ ਕਰ ਸਕਦੇ, ਉਹਨਾਂ ਤੋਂ ਲੱਗਦਾ ਹੈ ਕਿ ਬੀਬੀ ਨਵਜੋਤ ਸਿੱਧੂ ਤੇ ਨਵਜੋਤ ਸਿੱਧੂ ਸ਼ਾਇਦ ਹੀ ਇਸ ਗੱਠਜੋੜ ਦੇ ਨਾਲ ਤੁਰਨ। ਜੀ ਜੀ ਬਿਲਕੁਲ, ਅਤੇ ਇਹ ਵੀ ਕਿਆਸ ਰਹੀਆਂ ਬਹੁਤ ਸੀਗੀਆਂ, ਕਿਤੇ ਕਿਤੇ ਖਬਰਾਂ ਵੀ ਕਿਸੇ ਨੇ ਛਾਪ ਹੀ ਦਿੱਤੀਆਂ ਸੀਗੀਆਂ ਵੀ ਆਮ ਆਦਮੀ ਪਾਰਟੀ ਚ ਹੀ ਰਲ ਜਾਣਗੇ। ਜੀ ਸੰਭਾਵਨਾ ਹੈ, ਕਿਉਂਕਿ ਦੇਖੋ ਉਹਨਾਂ ਨੇ ਕਿਹਾ ਸੀਗਾ ਕਿ ਜੇ ਗੱਠਜੋੜ ਜਾਂਦਾ ਤਾਂ ਇਕੱਠਾ ਜਾਂਦਾ ਤਾਂ ਇਹਦਾ ਵਿਕਲਪ ਜਿਹੜਾ ਆਮ ਆਦਮੀ ਪਾਰਟੀ ਬਿਹਤਰ ਵਿਕਲਪ ਹੈ ਇਹੋ ਜਿਹੀਆਂ ਪਾਰਟੀਆਂ ਨੂੰ ਵੋਟ ਕਰਨ ਨਾਲੋਂ। ਸੋ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਪ੍ਰਤੀ ਨਰਮ ਰਵੱਈਆ ਰੱਖਿਆ ਤਾਂ ਉਹ ਇਸੇ ਕਰਕੇ ਆ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਜਿਹੜੀ ਇਹਨਾਂ ਦੀ ਵਿਚਾਰਧਾਰਾ ਜੋ ਇਹ ਸੋਚਦੇ ਆ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਇਹ ਅਨੁਕੂਲ ਹੈ, ਤਾਂ ਆਮ ਆਦਮੀ ਪਾਰਟੀ ਪ੍ਰਤੀ ਉਹਨਾਂ ਦਾ ਜਿਹੜਾ ਉਲਾਰ ਭਾਜਪਾ ਚ ਰਹਿੰਦੇ ਆ ਤੇ ਜਦੋਂ ਭਾਜਪਾ ਚੋਂ ਵੱਖ ਜਾਣਗੇ ਫਿਰ ਤੇ ਉਹ ਲਾਰ ਜਿਹੜਾ ਪਿਆਰ ਬਣ ਜਾਣਾ। ਜੀ ਬਿਲਕੁਲ, ਜੀ ਬਿਲਕੁਲ।
ਅਤੇ ਅਗਲੀ ਜੇ ਆਪਾਂ ਗੱਲ ਕਰੀਏ ਐਸ ਜੀ ਪੀ ਸੀ ਦੀ ਜਿਹੜੀ ਕਮੇਟੀ ਉਹਦੇ ਕਾਰਜਕਾਰੀ ਮੈਂਬਰਾਂ ਨੇ ਲੰਗਾਹ ਨੂੰ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਮੰਗ ਕੀਤੀ। ਕਰਨੈਲ ਸਿੰਘ ਪੰਜੋਲੀ ਜਿਹੜੇ ਕਾਰਜਕਾਰਨੀ ਦੇ ਮੈਂਬਰ ਆ ਉਹਨਾਂ ਨੇ ਮੰਗ ਕੀਤੀ ਹੈ ਕਿ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖ਼ਤ 'ਤੇ ਸੱਦ ਕੇ ਇਹਨੂੰ ਤਲਬ ਕੀਤਾ ਜਾਵੇ, ਇਹਨੂੰ ਸਜ਼ਾ ਲਾਈ ਜਾਵੇ। ਮੁੱਦਾ ਜਿਹੜਾ ਮਸਲਾ ਹੈ ਉਹ ਇਹ ਹੀ ਹੈ ਕਿ ਸੁੱਚਾ ਸਿੰਘ ਲੰਗਾਹ ਨੇ ਬੀਤੇ ਦਿਨੀ ਇੱਕ ਢਾਡੀ ਜਿਹੜੇ ਲਾਲੂ ਘੁੰਮਣ ਜੀ ਹੈ ਜਿਹੜੇ ਪ੍ਰਸੰਗ ਸੁਣਾ ਰਹੇ ਸੀ ਅਕਾਲੀ ਫੂਲਾ ਸਿੰਘ ਦੇ ਅਕਾਲ ਤਖ਼ਤ ਦੇ ਸਾਹਮਣੇ ਜੋ ਦੀਵਾਨ ਹਾਲ ਹੈ ਦਰਬਾਰ ਸਾਹਿਬ ਦੇ ਅੰਦਰ, ਉੱਥੇ ਪ੍ਰਸੰਗ ਦੇ ਦੌਰਾਨ ਉਹਨਾਂ ਨੇ ਤੁਲਨਾ ਕੀਤੀ ਪੁਰਾਣੇ ਅਕਾਲੀਆਂ ਤੇ ਅੱਜ ਦੇ ਅਕਾਲੀਆਂ ਦੀ, ਤਾਂ ਸੁੱਚਾ ਸਿੰਘ ਲੰਗਾਹ ਨੇ ਮਾਈਕ ਖੋਲਿਆ ਸੀ ਤੇ ਪੁੱਠਾ ਸਿੱਧਾ ਜਿਹੜਾ ਉਸ ਢਾਡੀ ਜਥੇ ਨੂੰ ਇਹਨੇ ਕਿਹਾ ਸੀਗਾ। ਉਸ ਤੋਂ ਬਾਅਦ ਜੋ ਇਹ ਸਭ ਕੁਛ ਹੋਇਆ ਸੁੱਚਾ ਸਿੰਘ ਲੰਗਾਹ ਨੂੰ ਤੇ ਕਿਹਨੇ ਪੁੱਛਣਾ ਸੀ, ਉਲਟਾ ਜਿਹੜੇ ਢਾਡੀਆਂ ਦਾ ਸਮਾਂ ਹੁੰਦਾ 9 to 4 ਦਾ ਉਹ ਘਟਾ ਕੇ 9 to 2 ਕਰ ਦਿੱਤਾ ਗਿਆ। ਜਿਹੜੇ ਜਥੇ ਆ ਉਹਨਾਂ ਨੂੰ ਵੀ ਇੱਕ ਨਿਰਦੇਸ਼ ਜਿਹੜੇ ਲੁਕਵੇਂ ਗੁਜਵੇਂ ਨਿਰਦੇਸ਼ ਦੇ ਦਿੱਤੇ ਗਏ ਕਿ ਬਹੁਤੀ ਜਿਹੜੀ ਹੈ ਸੁਰ ਉੱਚੀ ਨਹੀਂ ਲਾਉਣੀ, ਸੁਰ ਹੈ ਜਿਹੜੀ ਮੱਧਮ ਰੱਖਣੀ ਹੈ। ਸੋ ਉਹਨਾਂ ਨੂੰ ਵੀ ਤਾੜਨਾ ਦਿੱਤੀ ਗਈ ਹੈ ਬਜਾਏ ਸੁੱਚਾ ਸਿੰਘ ਲੰਗਾਹ ਨੂੰ ਤਾੜਨ ਦੇ ਉਸ ਨੂੰ, ਕਿਉਂਕਿ ਇਹ ਬਹੁਤ ਜਿੱਦਾਂ ਕਹਿ ਲਈਏ ਕਿ ਬੜੀ ਗੈਰ ਜ਼ਿੰਮੇਵਾਰਾਨਾ ਹਰਕਤ ਸੀਗੀ ਕਿ ਢਾਡੀ ਦੇ ਅੱਗੋਂ ਪੂਰੇ ਸੰਗਤ ਬੈਠੀ ਦੇ ਵਿੱਚ ਜਾ ਕੇ ਮਾਈਕ ਖੋਹ ਲੈਣਾ, ਉਹਨੂੰ ਪੁੱਠਾ ਸਿੱਧਾ ਬੋਲਣਾ, ਬਹੁਤ ਜ਼ਿਆਦਾ ਜਿਹੜੀ ਧਾਰਮਿਕ ਰਵਾਇਤਾਂ ਦੇ ਉਲਟ ਕਰਤੂਤ ਸੀ। ਤਾਂ ਉਹਨੂੰ ਬਜਾਏ ਕਿਸੇ ਕਿਸੇ ਤਾੜਨਾ ਦੇ, ਬਜਾਏ ਕਿਸੇ ਚੇਤਾਵਨੀ ਦੇ, ਉਲਟਾ ਜਿਹੜੇ ਢੱਡ ਸਰੰਗੀ ਵਾਲੇ ਉਹਨਾਂ ਦੀ ਸੰਘੀ ਕੁੱਟ ਦਿੱਤੀ ਗਈ। ਹੁਣ ਕਰਨੈਲ ਸਿੰਘ ਪੰਜੋਲੀ ਨੇ ਆਵਾਜ਼ ਬੁਲੰਦ ਕੀਤੀ ਕਿ ਸੁੱਚਾ ਸਿੰਘ ਲੰਗਾਹ ਨੂੰ ਜਿਹੜਾ ਉਹ ਅਕਾਲ ਤਖ਼ਤ ਤੇ ਸੱਦਿਆ ਜਾਣਾ ਚਾਹੀਦਾ। ਤਾਂ ਮੈਨੂੰ ਵੀ ਲੱਗਦਾ ਕਿ ਸੁੱਚਾ ਸਿੰਘ ਲੰਗਾਹ ਨੂੰ ਸੱਦਿਆ ਹੀ ਨਹੀਂ ਜਾਣਾ ਚਾਹੀਦਾ, ਇਸ ਬੰਦੇ ਨੂੰ ਸਜ਼ਾ ਵੀ ਲੱਗਣੀ ਚਾਹੀਦੀ ਜੋ ਧਾਰਮਿਕ ਸਜ਼ਾ ਲੱਗਦੀ ਹੈ, ਕਿਉਂਕਿ ਇਹ ਆਪਣੇ ਆਪ ਨੂੰ ਪੰਥ ਦੇ ਜਰਨੈਲ ਕਹਾਉਂਦੇ ਆ, ਆਪਣੇ ਆਪ ਨੂੰ ਪੰਥ ਦੇ ਨੰਬਰਦਾਰ ਦੱਸਦੇ ਆ। ਜੇ ਇਹੋ ਜਿਹੀ ਕਰਤੂਤ ਕਰਦੇ ਆ, ਪਹਿਲੀ ਗੱਲ ਤੇ ਢਾਡੀ ਨੇ ਕੁਛ ਗਲਤ ਕਿਹਾ ਹੀ ਨਹੀਂ, ਕਿਉਂਕਿ ਇਹਨਾਂ ਦੀ ਕਰਤੂਤ ਹੀ ਇਸ ਗੱਲ ਤੇ ਮੋਹਰ ਲਾਉਂਦੀ ਕਿ ਪੁਰਾਣੇ ਅਕਾਲੀ, ਪੁਰਾਤਨ ਅਕਾਲੀ ਤੇ ਅਜੋਕੇ ਅਕਾਲੀਆਂ 'ਚ ਕੀ ਫਰਕ ਹੈ। ਦੂਜੀ ਗੱਲ ਜਿਹੜੀ ਕੀਤੀ ਹੈ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਨਹੀਂ ਤੇ ਕੱਲ ਨੂੰ ਕੋਈ ਜਾ ਕੇ ਜਿਹੜਾ ਅੱਗੇ ਜਿਵੇਂ ਕਿਹਾ ਸੀਗਾ ਕਿਸੇ ਨੇ ਕਿ ਉਹਨੇ ਸ਼ਬਦ ਗਾਇਨ ਕੀਤਾ ਤੇ ਉਹਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਕੋਈ ਦਿਨ ਫਿਰ ਜਾਏਗਾ ਜਾ ਕੇ ਇਹਨਾਂ ਨੇ ਰਾਗੀਆਂ ਦੇ ਅੱਗੋਂ ਵੀ ਮਾਈਕ ਖੋਲ ਲੈਣਾ। ਬਿਲਕੁਲ ਜੀ, ਜੇ ਇਸ ਤਰੀਕੇ ਦੇ ਨਾਲ ਚੱਲੇ ਆ ਇਹਨਾਂ ਦੇ ਹਾਲਾਤ ਇੱਦਾਂ ਦੇ ਹੀ ਬਣੇ ਹੋਏ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਹਰਿਆਣਾ ਵਿੱਚ ਪੰਜਾਬ ਤੋਂ ਜਿਹੜੀਆਂ ਫਰਜ਼ੀ ਡਿਗਰੀਆਂ ਦਾ ਜਿਹੜਾ ਪਾਇਆ ਪਵਾੜਾ, ਹਰਿਆਣਵੀਆਂ ਨੇ ਹਰਿਆਣੇ ਦੇ ਵਿੱਚ ਜਾ ਕੇ ਜਿਹੜੀ ਚੌਧਰ ਲਈ ਹੈ ਜੀ, ਉਹ ਕਹਿੰਦੇ ਕਿ ਵਾਇਆ ਬਠਿੰਡਾ ਹੋ ਕੇ ਗਈ ਹੈ, ਤੇ ਵਾਇਆ ਬਠਿੰਡਾ ਜਿਹੜੀ ਵੀ ਚੀਜ਼ ਜਾਂਦੀ ਹੈ ਉਹ ਚੀਜ਼ ਹਮੇਸ਼ਾ ਹੀ ਸ਼ੱਕ ਦੇ ਦਾਇਰੇ ਚ ਰਹਿੰਦੀ ਹੈ। ਬਠਿੰਡੇ ਵਾਲੇ ਵੈਸੇ ਰਫਲਾ ਰੱਖਣ ਦੇ ਸ਼ੌਕੀ ਹੈ, ਪਰ ਅੱਜ ਕੱਲ੍ਹ ਉਹ ਕਹਿੰਦੇ ਕਿ ਇੱਥੋਂ ਨਕਲੀ ਡਿਗਰੀਆਂ ਵੀ ਨਿਕਲ ਰਹੀਆਂ। ਹੋਇਆ ਕੀ ਸੀਗਾ, ਪੰਚਾਇਤੀ ਇਲੈਕਸ਼ਨ ਲੰਘਿਆ ਥੋੜਾ ਸਮਾਂ ਪਹਿਲਾਂ, ਹਰਿਆਣੇ ਦੇ ਵਿੱਚ ਪੰਚਾਇਤੀ ਇਲੈਕਸ਼ਨ ਹੋਇਆ, ਤਾਂ ਉਹਦੇ ਵਿੱਚ ਉੱਥੋਂ ਦੀ ਸਰਕਾਰ ਨੇ, ਸੂਬਾ ਸਰਕਾਰ ਨੇ ਇਹ ਸ਼ਰਤ ਰੱਖੀ ਸੀਗੀ ਕਿ ਜਿਹੜੇ ਸਰਪੰਚ ਹੈ, ਜਿਹੜੇ ਪੰਚ ਹੈ ਉਮੀਦਵਾਰ, ਉਹ ਪੜ੍ਹੇ ਲਿਖੇ ਹੋਣੇ ਚਾਹੀਦੇ ਆ। ਹੁਣ ਹਰਿਆਣੇ ਦੇ ਵਿੱਚ ਜਿਹੜਾ ਸਾਡੇ ਵਾਂਗੂ ਸੁੱਖ ਨਾਲ ਪੜ੍ਹਾਈ ਦਾ ਹਾਲ ਉਹੋ ਜਿਹਾ ਹੀ ਹੈ, ਤਾਂ ਉੱਥੋਂ ਦੇ ਜਿਹੜੇ ਉਮੀਦਵਾਰ ਜਿਹਨਾਂ ਦੇ ਇਹ ਮਨ ਦੇ ਅੰਦਰ ਚਾਅ ਸੀਗਾ ਪੰਚੀ ਸਰਪੰਚੀ ਦੀ ਕਲਗੀ ਲਵਾਉਣ ਦਾ, ਉਹਨਾਂ ਨੇ ਫਿਰ ਤਰੀਕਾ ਲੱਭ ਲਿਆ ਕਿ ਪੰਜਾਬ ਦੇ ਵਿੱਚੋਂ ਇਹੋ ਜਿਹੀਆਂ ਚੀਜ਼ਾਂ, 2 ਦੀਆਂ ਚੀਜ਼ਾਂ ਆਮ ਮਿਲ ਜਾਂਦੀ ਹੈ। ਤਾਂ ਉਹਨਾਂ ਦੀ ਇਸ ਮਨਸ਼ਾ ਨੂੰ, ਇਸ ਤਮੰਨਾ ਨੂੰ ਪੂਰਾ ਕੀਤਾ ਬਠਿੰਡੇ ਨੇ। ਬਠਿੰਡੇ ਦੇ ਇੱਕ ਸਕੂਲ ਦੇ ਵਿੱਚ ਉਹ ਦੱਸਦੇ ਆ ਕਿ ਸੈਂਕੜੇ ਡਿਗਰੀਆਂ ਜਿਹੜੀਆਂ 8 ਦੀਆਂ, 10 ਦੀਆਂ, 5 ਦੀਆਂ ਉਹ ਇੱਥੋਂ ਗਈਆਂ। ਜਦੋਂ ਉੱਥੇ ਹਰਿਆਣੇ ਦੇ ਵਿੱਚ ਪਤਾ ਲੱਗਿਆ ਕਿ ਇੱਕ ਸਕੂਲ ਦੇ ਵਿੱਚੋਂ ਹੀ ਰਾਤੋ ਰਾਤ ਸਾਰੇ ਪੜ੍ਹ ਕੇ ਆ ਗਏ, ਜਿਹੜੇ ਅਨਪੜ੍ਹ ਸੀ ਰਾਤੋ ਰਾਤ ਹੀ ਉਹ ਜਿਹੜੇ ਕੁਆਲੀਫਾਈਡ ਹੋ ਗਏ, ਇਹ ਉਹਨਾਂ ਨੇ ਜਦੋਂ ਪਤਾ ਕੀਤਾ ਤੇ ਵਾਕਿਆ ਹੀ ਇੱਥੇ ਮਾਮਲਾ ਗੜਬੜ ਸੀ। ਹੁਣ ਕੀ ਹੋਇਆ ਕਿ ਪੁਆੜਾ ਇਹ ਪੈ ਗਿਆ, ਜਿਹੜੇ ਉਮੀਦਵਾਰ ਉੱਥੇ ਹਾਰੇ ਸੀ ਉਹਨਾਂ ਨੇ ਚੁੱਕ ਕੇ ਅਦਾਲਤਾਂ 'ਚ ਕੇਸ ਕਰ ਦਿੱਤੇ। ਹੁਣ ਜਿਹੜਾ ਬਠਿੰਡੇ ਵਾਲਾ ਸਕੂਲ ਹੈ ਇਹ ਵੀ ਭੱਜਣ ਨੂੰ ਫਿਰਦਾ, ਲੋਕ ਇਹਦੇ ਆਲੇ ਦੁਆਲੇ ਵੀ ਮੰਡਰਾਉਂਦੇ ਫਿਰਦੇ ਹਰਿਆਣੇ ਵਾਲੇ। ਹੁਣ ਲੱਗਦਾ ਇਹ ਹੈ ਕਿ ਇੱਥੇ ਸ਼ਿਕੰਜਾ ਕੱਸਿਆ ਜਾਣਾ, ਕਿਉਂਕਿ ਜਿਹੜੀਆਂ ਡਿਗਰੀਆਂ ਇੱਥੋਂ ਵੰਡੀਆਂ ਗਈਆਂ ਸਕੂਲ ਦੇ ਵਿੱਚੋਂ, ਉਹ ਡਿਗਰੀਆਂ ਜਿਹੜੀਆਂ 2 ਡਿਗਰੀਆਂ ਸੀਗੀਆਂ, ਬਿਨਾਂ ਕਿਸੇ ਨਿਯਮ ਕਾਇਦੇ ਤੋਂ ਉਹ ਡਿਗਰੀਆਂ ਵੰਡੀਆਂ ਗਈਆਂ। ਵੈਸੇ ਕਮਾਲ ਦੀ ਗੱਲ ਹੈ ਜੀ ਕਿ ਅੱਗੇ ਸਾਡੇ ਇੱਧਰ ਪੰਜਾਬ 'ਚ ਆਉਂਦੀਆਂ ਸੀ ਬਾਹਰੋਂ ਜਾਲੀ ਡਿਗਰੀਆਂ, ਹੁਣ ਪੰਜਾਬ ਵੀ ਪੈਰਾਂ ਸਿਰ ਖੜਾ ਹੋ ਗਿਆ ਇਸ ਮਾਮਲੇ 'ਚ, ਬੜੀ ਖੁਸ਼ੀ ਦੀ ਗੱਲ ਆ। ਦੇਖ ਲਓ ਜੀ ਕਿੰਨੇ ਕਿੰਨੇ ਚੀਜ਼ਾਂ ਦੇ ਵਿੱਚ ਪੈਰਾਂ 'ਤੇ ਖੜਾ ਹੋ ਰਿਹਾ। ਅਗਲੀ ਜਿਹੜੀ ਆਪਾਂ ਗੱਲ ਕਰੀਏ ਪੰਜਾਬ ਅੰਦਰ ਜਿਹੜੀਆਂ ਹੋ ਰਿਹਾ ਇੱਕ 10 ਕਰੋੜੀ ਲੁੱਟ ਜਿਹੜਾ ਉਹ ਬੇਪਰਦਾ ਹੋਈ,
ਇਸ ਲੁੱਟ ਨੇ ਵਾਕਈ ਜੀ ਅੱਖਾਂ ਦੇ ਅੱਗੇ ਹਨੇਰਾ ਕਰ ਦਿੱਤਾ ਕਿ ਕਿਸ ਤਰ੍ਹਾਂ ਸਾਡੀ ਜਨਤਾ ਦੀ ਲੁੱਟ ਹੁੰਦੀ ਹੈ। ਕਮਾਲ ਦੀ ਗੱਲ ਆ, ਇੱਕ ਜਿਹੜੇ ਹੈਗੇ ਨੇ ਡਾਕਟਰ ਸੋਹੀ, ਉਹਨਾਂ ਨੇ ਇਹ ਲੁੱਟ ਕੱਢ ਕੇ ਬਾਹਰ ਲਿਆਂਦੀ ਹੈ। ਉਹ ਅੰਕੜਿਆਂ ਦੇ ਨਾਲ ਇਸ ਲੁੱਟ ਨੂੰ ਬੇਪਰਦ ਕਰਦੇ ਹੋਏ ਇਹ ਦੱਸਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਆਰਸੀ ਬਣਾਈ ਜਾਂਦੀ ਹੈ, ਉਹ ਕੰਪਨੀ ਜਿਹਨੂੰ ਠੇਕਾ ਦਿੱਤਾ ਗਿਆ ਆਰਸੀ ਬਣਾਉਣ ਦਾ ਜਾਂ ਲਾਇਸੈਂਸ ਬਣਾਉਣ ਦਾ, ਉਹ ਕਿਸ ਤਰ੍ਹਾਂ ਹੇਰ ਫੇਰ ਕਰ ਰਹੀ ਹੈ, ਉਹਦਾ ਅੰਕੜਾ ਦਿੱਤਾ ਉਹਨਾਂ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਪਰ ਆਰਸੀ ਬਣਾਉਣ ਦਾ ਉਹ ਕੰਪਨੀ ਹੈ ਜਿਹੜੀ ਜਿਹਨੂੰ ਸਮਾਰਟ ਚਿਪ ਦਾ ਨਾਂ ਦਿੱਤਾ ਗਿਆ, ਬੜੀ ਸਮਾਰਟ ਨਿਕਲੀ ਉਹ ਕੰਪਨੀ ਵੈਸੇ ਆਪਣੇ ਨਾਂ ਦੇ ਮੁਤਾਬਕ, ਉਹ 136 ਰੁਪਏ ਲੈ ਰਹੀ ਹੈ, ਜਦਕਿ ਕਹਿੰਦੇ ਛੱਤੀਸਗੜ੍ਹ 'ਚ ਉਹਦਾ ਰੇਟ ਹੈ 74 ਰੁਪਏ। 74 ਰੁਪਏ 70 ਪੈਸੇ 'ਚ ਬਣ ਜਾਂਦੀ ਹੈ ਛੱਤੀਸਗੜ੍ਹ, ਜਿਹੜੀ ਉੱਥੇ ਚਾਰਜਿਸ ਲੈ ਰਹੀ ਹੈ ਕੰਪਨੀ ਉਹ 74 ਰੁਪਏ 'ਚ ਬਣਾ ਰਹੀ ਹੈ, ਜਦਕਿ ਪੰਜਾਬ ਤੁਹਾਨੂੰ ਪਤਾ VIP ਸੂਬਾ, ਇੱਥੇ ਉਹਦਾ ਖਰਚ ਹੋ ਗਿਆ 136 ਰੁਪਏ। ਇਸੇ ਤਰ੍ਹਾਂ ਜਿਹੜਾ ਲਾਇਸੈਂਸ ਬਣਾਉਂਦੇ ਆ ਡਰਾਈਵਿੰਗ ਲਾਇਸੈਂਸ, ਉਹਦਾ ਇਹ ਕੰਪਨੀ ਵਸੂਲ ਕਰ ਰਹੀ ਹੈ 65 ਰੁਪਏ, ਤੇ ਜਿਹੜਾ ਗੁਜਰਾਤ ਦੇ ਵਿੱਚ ਰੇਟ ਹੈ ਉਹ 49 ਰੁਪਏ। ਹੁਣ ਜੇ ਇਸ ਸਾਰੇ ਅੰਕੜੇ ਦਾ ਜੇ ਆਪਾਂ ਜੋੜ ਘਟਾਓ ਕਰੀਏ, ਤੇ ਉਹ ਕਹਿੰਦੇ ਕਿ ਹਰ ਸਾਲ ਦੇ ਵਿੱਚ 10 ਲੱਖ ਜਿਹੜਾ ਵਾਹਨ ਆ ਜਿਹੜੇ ਵਹੀਕਲ ਆ ਉਹ ਰਜਿਸਟਰਡ ਹੁੰਦੇ ਆ, ਤਾਂ ਇਹਦਾ ਬਣ ਗਿਆ ਜੀ 6,17,00,000। ਹੁਣ ਇਹ ਸਾਲ ਤੋਂ ਸਮਾਰਟ ਕੰਪਨੀ ਆਪਣੀ ਸਮਾਰਟਨੈਸ ਦਿਖਾ ਰਹੀ ਹੈ, ਤੇ ਤੁਸੀਂ ਲਾ ਲਓ ਕਿ 25 ਕਰੋੜ ਜਿਹੜਾ ਇਹ ਆਪਣੇ ਗੀਜ਼ੇ 'ਚ ਪਾ ਚੁੱਕੀ ਹੈ। ਹੁਣ ਹੋਇਆ ਕਿਵੇਂ, ਸਮਾਰਟ ਚਿਪ ਦਾ ਜਿਹੜਾ ਇਹਨਾਂ ਨੇ ਅੰਕੜਾ ਦਿੱਤਾ, ਉਹਦੇ ਬਾਰੇ ਜੇ ਜਾਣਕਾਰੀ ਇਕੱਠੀ ਕਰੀਏ, ਉਹ ਵੀ ਬੜੀ ਦਿਲਚਸਪ ਆ ਕਿ ਜਿਹੜੀ ਸਰਕਾਰੀ ਕੰਪਨੀ ਹੈ, ਜਿਹੜੀ ਇਹੋ ਜਿਹੇ ਠੇਕੇ ਲੈਂਦੀ ਹੈ ਜਿਹੜੀ ਸਰਕਾਰੀ ਕੰਪਨੀ ਹੈ, ਉਹ ਇਹੋ ਜਿਹੜੇ ਅੱਧੇ ਰੇਟ ਤੇ ਮਤਲਬ ਕਿ ਟੈਂਡਰ ਪਾਉਂਦੀ ਹੈ। ਪਰ ਹੋਇਆ ਕੀ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰੀ ਕੰਪਨੀ ਸੀ ਉਹਦਾ ਟੈਂਡਰ ਪੈਣ ਹੀ ਨਹੀਂ ਦਿੱਤਾ ਗਿਆ। ਦਿਲਚਸਪ ਗੱਲ ਹੈ ਕਿ ਉਹਦਾ ਟੈਂਡਰ ਪੈਣ ਹੀ ਨਹੀਂ ਦਿੱਤਾ ਗਿਆ, ਤੇ ਸਮਾਰਟ ਚਿਪ ਦੀ ਜਿਹੜੀ ਸਮਾਰਟਨੈਸ ਸੀਗੀ ਇਹਨੂੰ ਪਹਿਲ ਦੇ ਦਿੱਤੀ ਗਈ, ਪਹਿਲ ਹੀ ਨਹੀਂ ਦਿੱਤੀ ਗਈ। 2016 ਦਸੰਬਰ ਦੇ ਵਿੱਚ ਉਹਦਾ ਜਿਹੜਾ ਟਰਮ ਹੈ ਉਹ ਜਿਹੜਾ ਉਹ ਖਤਮ ਹੋ ਜਾਣਾ, ਪਰ ਇਹਨਾਂ ਨੇ ਕੀ ਕੀਤਾ ਕਿ ਦਸੰਬਰ 2016 ਆਉਣ ਤੋਂ ਪਹਿਲਾਂ ਹੀ ਉਹਨੂੰ 5 ਸਾਲ ਦਾ ਲਾਇਸੈਂਸ ਹੋਰ ਦੇ ਦਿੱਤਾ, ਜਿੱਥੋਂ ਇਹ ਸਿੱਧ ਹੁੰਦਾ ਕਿ ਜਿਹੜੀ ਇਹ ਲੁੱਟ ਸੀਗੀ ਉਹਦੀ ਬਾਂਦਰ ਵੰਡ ਕਈ ਥਾਵਾਂ ਤੇ ਹੋ ਰਹੀ ਹੈ। ਹੋ ਰਹੀ ਹੈ ਜੀ, ਬਿਲਕੁਲ। ਅਗਲੀ ਗੱਲ ਕਰਦੇ ਹਾਂ ਪੰਜਾਬ ਦੀਆਂ ਜੇਲ੍ਹਾਂ ਦਾ। ਜਿਹੜਾ DGP ਬੋਲਿਆ ਵੀ ਹੁਣ ਕੈਦੀਆਂ ਦੇ ਲੀੜੇ ਤਾਂ ਲਾਉਣ ਰਹੇ, ਮਾੜੇ ਕੈਦੀ ਦੇ ਲੀੜੇ ਵੀ ਲਵਾ ਲੈਂਦੇ ਆ ਜੀ। ਵੈਸੇ ਤੇ ਜਦੋਂ ਜੇਲ੍ਹ 'ਚ ਬੰਦਾ ਜਾਂਦਾ ਉਹਦੇ ਲੀੜੇ ਤਾਂ ਪਹਿਲੇ ਲੱਥੇ ਹੁੰਦੇ, ਥਾਣੇ ਵਾਲੇ ਲਵਾ ਕੇ ਰੱਖ ਲੈਂਦੇ ਆ ਲੀੜੇ, ਜਿਹੜੇ ਅਸਲ 'ਚ ਆਪਾਂ ਕਹਿ ਦਿੰਦੇ ਹਾਂ ਲੀੜੇ ਲਵਾ ਲੈਣੇ, ਆਪਾਂ ਅਖਾਣ ਵਰਤਦੇ ਹਾਂ, ਲੀੜੇ ਤਾਂ ਲੁਹਾ ਕੇ ਤੁਰਿਆ ਜਾਂਦਾ। ਜੇਲ੍ਹ ਦੇ ਵਿੱਚ ਵੀ ਲੀੜੇ ਲੁਹਾ ਲਏ ਜਾਂਦੇ ਜਿਹੜਾ ਕੈਦੀ ਗਰੀਬ ਹੁੰਦਾ, ਪਰ ਜਿਹੜਾ ਕੈਦੀ VIP ਪਹੁੰਚ ਰੱਖਦਾ ਉਹਦੇ ਲੀੜੇ ਲਵਾਉਣੇ ਤਾਂ ਦੂਰ, ਉਹਦੀ ਜੁੱਤੀ ਨਹੀਂ ਲਵਾ ਸਕਦੇ। ਪਰ ਇਸ ਤਰ੍ਹਾਂ ਦਾ ਜਿਹੜਾ ਬਿਆਨ DGP ਜੇਲ੍ਹਾਂ ਵੱਲੋਂ ਆਉਣਾ ਬੜਾ ਰੜਕਦਾ ਹੈ ਕਿ DGP ਜੇਲ੍ਹਾਂ ਜਿਹੜਾ ਸਾਰੇ ਜੇਲ੍ਹਾਂ ਨੂੰ ਵੇਖਦਾ ਹੈ, ਸਾਰੇ ਨਿਗਰਾਨ ਹੈ ਜੇਲ੍ਹਾਂ ਦੇ ਮਹਿਕਮੇ ਦਾ, ਉਹ ਇਹ ਗੱਲ ਕਹਿੰਦੇ ਕਿ ਹੁਣ ਨਸ਼ਾ ਜਿਹੜਾ ਜੀ ਲੈ ਜਾਂਦੇ ਕੈਦੀ ਗੁਪਤ ਅੰਗਾਂ 'ਚ ਪਾ ਕੇ ਲੈ ਜਾਂਦੇ, ਹੁਣ ਅਸੀਂ ਕੈਦੀ ਦੇ ਲੀੜੇ ਤਾਂ ਲਹਾਉਣੋ ਰਹੇ, ਲੀੜੇ ਤੁਸੀਂ ਨਾ ਲਵਾਓ, ਪਰ ਤੁਹਾਡੇ ਕੋਲ ਅੱਜ ਦੇਖੋ ਤੁਹਾਡੇ ਕੋਲ ਕਿੰਨੇ ਯੰਤਰ ਮੌਜੂਦ ਆ, ਹਵਾਈ ਜਹਾਜ਼ ਤੇ ਜਦੋਂ ਜਾਂਦੇ ਆ ਲੋਕ ਉਦੋਂ ਵੀ ਤਾਂ ਸਕੈਨਰ ਲੱਗੇ ਆ ਨਾ, ਸਕੈਨ ਕਰਦੇ ਆ ਉਹ ਸਾਰਾ ਜਿਹੜਾ ਸਾਰਾ ਢਾਂਚਾ ਬੰਦੇ ਦਾ ਸਕੈਨ ਹੋ ਜਾਂਦਾ, ਕੱਪੜਿਆਂ ਦੇ ਵਿੱਚ ਵੀ ਸਕੈਨ ਹੋ ਜਾਂਦਾ, ਤੁਹਾਡੇ ਕੋਲ ਵੀ ਯੰਤਰ ਆ, ਪਰ ਤੁਸੀਂ ਜਿਹੜੇ ਲੀੜੇ ਆ ਤੁਸੀਂ ਕਹਿੰਦੇ ਕੋਈ ਕੈਦੀ ਦੇ ਲੀੜੇ ਨੀ ਲਵਾਉਂਦੇ, ਪਰ ਤੁਸੀਂ ਤਾਂ ਲਵਾਉਂਦੇ ਹੋ। ਅਸੀਂ ਖੁਦ ਦੇਖਿਆ ਜੀ ਇਹ ਲੀੜੇ ਲਵਾ ਕੇ ਤਲਾਸ਼ੀ ਕਰਦੇ ਜਿਹਦੇ ਕਿਸੇ ਵੀ ਮਾੜੇ ਬੰਦੇ ਦੀ ਸ਼ਿਕਾਇਤ ਆ ਜਾਵੇ, ਪਰ ਹੁਣ ਇਹ ਦੂਸਰੇ ਪਾਸੇ ਤੁਰ ਗਏ ਜੀ, ਹੁਣ ਅਸੀਂ ਸਾਡੇ ਲੀੜੇ ਤਾਂ ਲਵਾਉਣ ਰਹੇ। ਅਸਲ ਦੇ ਵਿੱਚ ਇਹ ਬਹਾਨੇਬਾਜ਼ੀ ਹੈ, ਜਿਵੇਂ ਅੰਮ੍ਰਿਤਸਰ ਦੇ ਵਿੱਚੋਂ ਜੇਲ੍ਹ ਵਿਭਾਗ ਨੂੰ ਨੋਟਿਸ ਆਇਆ ਹਾਈਕੋਰਟ ਦੇ ਵਿੱਚ ਕਿ ਤੁਸੀਂ ਭਾਈ ਨਸ਼ਾ ਕਿਉਂ ਨੀ ਰੋਕਦੇ, ਤੇ ਉੱਥੋਂ ਦੇ ਜੇਲ੍ਹ ਵਿਭਾਗ ਨੇ ਜਾ ਕੇ ਲਿਖਤੀ ਜਵਾਬ ਦਾਖਲ ਕਰ ਦਿੱਤਾ ਸੀਗਾ ਜੀ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈ। ਹੁਣ ਕੁੱਲ ਮਿਲਾ ਕੇ ਜੇ ਇਹਨਾਂ ਦਾ ਜਵਾਬ ਹੈ ਜਿਹੜਾ ਉਹਨੂੰ ਨੱਪ ਕੇ ਤੋਲੀਏ, ਤੇ ਉਹ ਇਸ ਤਰ੍ਹਾਂ ਦਾ ਬਣਦਾ ਹੈ ਕਿ ਜਿਵੇਂ ਹੱਥ ਖੜੇ ਕਰ ਰਹੇ ਹੋਣ ਕਿ ਵੱਸ ਨਾ ਰਾਂਝੇ ਆਵੇ, ਬੰਨ ਕੇ ਨਾਲ ਲਿਜਾਂਦੇ ਖੇੜੇ, ਤੇ ਸਾਡੇ ਵੱਸ ਨੀ ਜਿਹੜੇ ਖੇੜੇ ਆ ਉਹ ਬੰਨ ਕੇ ਨਾਲ ਹੀ ਲੈ ਜਾਂਦੇ ਆ, ਕਿਉਂਕਿ ਉਹ ਖੇੜਿਆਂ ਦੇ ਮਗਰ ਜਿਹੜੇ ਹੋਰ ਧਿਰਾਂ ਖੜੀਆਂ ਉਹ ਅਜਿਹਾ ਕਰਨ ਲਈ ਰਾਹ ਪੱਧਰਾ ਕਰਦੀਆਂ। ਸੋ ਜੇਲ੍ਹਾਂ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਜਿੱਥੇ DGP ਇਹ ਗੱਲ ਕਹੀ ਜਾਂਦਾ ਕਿ ਹੁਣ ਅਸੀਂ ਜੀ ਲੀੜੇ ਤਾਂ ਲਵਾਉਣੋ ਰਹੇ, ਇਹਦਾ ਮਤਲਬ ਲੀੜੇ ਆ ਜਿਹੜੇ ਉਹ ਲੈ ਚੁੱਕੇ ਆਲਰੇਡੀ। ਔਰ ਮੈਂ ਕਹਿੰਦਾ ਕਿ ਲੀੜੇ ਕੈਦੀਆਂ ਦੇ ਲਵਾਉਣ ਦੀ ਲੋੜ ਨਹੀਂ, ਲੀੜੇ ਤਾਂ ਉਹਨਾਂ ਲੋਕਾਂ ਦੇ ਲਾਉਣ ਦੀ ਲੋੜ ਹੈ ਜਿਹੜੇ ਇਹਨਾਂ ਦੇ ਆਪ ਦੇ ਮਾਲ ਗੱਡੀਆਂ ਬਣ ਕੇ ਅੰਦਰ ਮਾਲ ਪਹੁੰਚਾਉਂਦੇ ਆ।
ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਆ ਕੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਿਹੜੀ ਇਹ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ, ਪਰ ਉਸ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਅੱਜ ਨਾਮਾ ਜਿਹੜਾ ਆ ਉਹ ਤੁਹਾਡੇ ਲਈ ਪੇਸ਼ ਕਰਦੇ ਹਾਂ। ਤੀਸ਼ ਮਰਖਾ ਹੁਣਾਂ ਦਾ ਲਿਖਿਆ ਹੋਇਆ, ਮੀਟਿੰਗ ਮੰਤਰੀ ਜਿਹੜੇ ਨੇ ਕੱਲ੍ਹ ਸੱਦੀ, ਪੈ ਗਿਆ ਆਪ ਖਡੂਰ ਦੇ ਰਾਹ ਮੀਆਂ, ਪਹੁੰਚੇ ਅਫਸਰਾਂ ਨੂੰ ਮੌਕਾ ਰਾਸ ਆਇਆ, ਉਹ ਸੀ ਲੱਗ ਪਏ ਕਰਨ ਸਲਾਹ ਮੀਆਂ, ਕਹਿੰਦੇ ਜਾਨ ਕੜਿੱਕੀ ਦੇ ਵਿੱਚ ਆਈ, ਸਾਡੀ ਚੱਲਦੀ ਕੋਈ ਨਹੀਂ ਵਾਹ ਮੀਆਂ, ਰਹਿ ਗਏ 10 ਮਹੀਨੇ ਨੇ ਜਾਬਤੇ ਲਈ, ਸੌਖਾ ਹੋਊ ਫਿਰ ਯਾਰਾਂ ਦਾ ਸਾਹ ਮੀਆਂ, ਹਰ ਕੋਈ ਆਉਂਦਾ ਤੇ ਬੇਇੱਜ਼ਤੀ ਕਰ ਜਾਵੇ, ਕੀਤਾ ਜਾਂਦਾ ਨਹੀਂ ਠੋਕ ਇਨਕਾਰ ਮੀਆਂ, ਅੜੀ ਅਫਸਰੀ ਕਾਗਜ਼ਾਂ ਤੱਕ ਰਹਿ ਗਈ, ਕੱਢਿਆ ਜਾਵੇ ਨਹੀਂ ਕਿਤੇ ਗੁਬਾਰ ਮੀਆਂ। ਅਤੇ ਸੋ ਤਿਓ ਇੱਥੇ ਹੀ ਜਿਹੜਾ ਸਾਡਾ ਅੱਜ ਦਾ ਹੁਣ ਪ੍ਰੋਗਰਾਮ ਖਬਰ 'ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।